ਗਾਲੀ ਅਰਸ਼ਦ ਆਪਣਾ ਯਾਰ ਹੈ, ਬਹੁਤ ਦਿਨਾਂ ਤੋਂ ਅੰਦਰੇ ਬੜਿਆ ਹੋਇਆ ਸੀ ਵੀ ਮੈਂ ਸਿਆਸਤ ਤੋਂ ਪਰਹੇਜ਼ ਕਰਦਾ ਕਿਉਂਕਿ ਮੇਰਾ ਕੰਮ ਹੀ ਹੈ ਨਹੀਂ। ਹੁਣ ਤੁਸੀਂ ਗਾਲੀ ਨੂੰ ਜਿਤਾ ਦੋ, ਕਿੰਨਾ ਵੋਟਾਂ ਪਾ ਗਿਆ ਤੁਸੀਂ ਗਾਲੀ ਨੂੰ ਜਿਤਾਓ, 4 ਘੰਟੇ ਟਾਈਮ ਦੇ ਕੇ ਗਾ ਕੇ ਜਾਊਂਗਾ ਪੂਰਾ। ਇੱਕ ਮਿੰਟ ਘੱਟ ਗਿਆ ਤਾਂ ਫਿਰ ਲੱਖ ਲਾਣਤ ਹੈ, ਰੱਬ ਮਿਹਰ ਕਰੇ। ਇੱਕ ਬੇਨਤੀ ਤੁਹਾਨੂੰ ਹੈ ਵੀ ਅਰਸ਼ਦ ਨੂੰ ਜਿਤਾਓ ਗਾਲੀ ਨੂੰ, ਇੱਕ ਬੇਨਤੀ ਅਰਸ਼ਦ ਨੂੰ ਵੀ ਕਰਦੇ ਆਪਾਂ ਸਾਰੇ ਆ ਜਾ। ਬੇਨਤੀ ਇਹ ਹੈ ਤੁਸੀਂ ਜਿਤਾਓਗੇ ਵੀ ਜਿੱਤੂਗਾ ਸਰਕਾਰ, ਤਾਂ ਪਤਾ ਨਹੀਂ ਇਹਦੀ ਮੰਨੇ ਜਾਂ ਨਾ ਮੰਨੇ, ਬਾਅਦ ਦੀਆਂ ਗੱਲਾਂ। ਗਰੀਬ ਕੰਮ ਕਰੂਗਾ ਕਿ ਇਸ ਇਲਾਕੇ ਜੇ ਕੋਈ ਕਿਸਾਨ ਖੁਦਕੁਸ਼ੀ ਕਰੂਗਾ ਜਾਂ ਕੋਈ ਗਰੀਬ ਮਜ਼ਦੂਰ ਕਰਜ਼ੇ ਦੀ ਮਾਰ ਨਾਲ ਮਰਦਾ ਹੈ, ਉਸ ਪਰਿਵਾਰ ਲਈ ਪੁੱਤ ਬਣ ਕੇ ਖੜੂਗਾ, ਇਹ ਮੇਰਾ ਤੁਹਾਡਾ ਲਗਾ। ਬਾਕੀ ਲੱਛੇਦਾਰ ਭਾਸ਼ਣ ਮੈਨੂੰ ਆਉਂਦਾ ਨੀ, ਰੈਲੀ ਆਪਣੇ ਮਿੱਤਰਾਂ ਤੇ ਡਟ ਕੇ ਮਦਦ ਕਰਨਾ। ਹਾਂਜੀ ਰੈਲੀ ਇਹ ਸਾਡਾ ਐਸਾ ਮਿੱਤਰ ਹੈ ਜੀ ਇਹਦਾ ਪੈਰ ਚ ਝਾਂਜਰ ਪਾ ਕੇ ਹੋਈ ਨੱਚ ਲਈ, ਇੱਕੋ ਮੇਰੀ ਬੇਨਤੀ ਹੈ ਕਿ ਨਾ ਤਾਂ ਮੈਂ ਗਾਉਣ ਵਾਲਾ, ਮੈਂ ਤੁਹਾਡੇ ਅੱਗੇ ਜ਼ਿੰਮੇਦਾਰ ਹਾਂ, ਜਦੋਂ ਮੈਂ ਜਾਊਂਗਾ ਧੱਕਾ ਨਹੀਂ ਕਰਨਾ ਕਿਸੇ ਨੇ ਤੇ ਨਾ ਰਾਹ ਜਾਂਦੇ ਛੇੜਨਾ, ਫੋਟੋਆਂ ਖਿਚਾਓਗੇ, ਮੱਲੀ ਸ਼ੱਲੀ ਬਹੁਤ ਹੈ ਪੰਜਾਬ ਚ ਖਿਚਾਇਆ ਕਰੋ, ਮੇਰੀਆਂ ਗੱਲਾਂ ਸੁਣਿਆ ਕਰੋ ਬਸ।